ਤੁਸੀਂ ਸੁੱਟੇ ਹੋਏ ਟੈਟਰਾਪੈਕ ਤੋਂ ਇੱਕ ਅਦਭੁਤ ਪਰਸ ਬਣਾ ਸਕਦੇ ਹੋ। ਵਾਤਾਵਰਣ ਦੇ ਪੱਖੋਂ ਟੈਟਰਾਪੈਕ ਦਾ ਮਟੀਰੀਅਲ ਬਹੁਤ ਵਧੀਆ ਨਹੀਂ ਹੁੰਦਾ। ਇਸ ਵਿੱਚ ਪਲਾਸਟਿਕ, ਅਲਮੀਨੀਅਮ ਅਤੇ ਕਾਗਜ਼ ਦੀਆਂ ਬਹੁਤ ਸਾਰੀਆਂ ਪਰਤਾਂ ਹਨ ਜੋ ਕਿ ਅਲੱਗ ਨਹੀਂ ਕੀਤੀਆਂ ਜਾ ਸਕਦੀਆਂ। ਟੈਟਰਾਪੈਕ ਨੂੰ ਚਪਟਾ ਕਰ ਦਵੋ ਅਤੇ ਉਸ ਦਾ ਉੱਪਰਲਾ ਹਿੱਸਾ ਕੱਟ ਦਵੋ ਅਤੇ ਉਸ ਦੇ ਥੱਲੇ ਵਾਲਾ ਹਿੱਸਾ ਵੀ ਕੱਟ ਲਵੋ। ਅਤੇ ਪਿੱਛੇ ਇੱਕ ਛੋਟਾ ਜਿਹਾ ਫਲੈਪ ਰਹਿ ਜਾਵੇਗਾ। ਹੁਣ ਅੰਦਰ ਨੂੰ ਮੋੜੋ। ਪਰਸ ਬਣਾਉਣ ਲਈ ਟੈਟਰਾਪੈਕ ਨੂੰ ਅੱਧਾ ਮੋੜ ਦਿਓ। ਪਰਸ ਦੀਆਂ ਦੋ ਜੇਬਾਂ ਅਤੇ ਇੱਕ ਫਲੈਪ ਹੋਵੇਗਾ। ਦੋ ਅੰਦਰ ਵਾਲੀਆਂ ਪਰਤਾਂ ਨੂੰ ਸਟੈਪਲਰ ਨਾਲ ਜੋੜ ਦਿਓ ਤਾਂ ਕਿ ਉਹ ਆਪਣੇ ਆਪ ਲਈ ਗੂੰਦ ਨਾਲ ਜੋੜ ਦਿਓ। ਇੱਕ ਫਲੈਪ ਨੂੰ ਬੰਦ ਕਰਕੇ ਸੁਰੱਖਿਅਤ ਕਰਨ ਲਈ ਗੂੰਦ ਨਾਲ ਜੋੜ ਦਿਓ। ਦੋ ਜੇਬਾਂ ਵਿੱਚ ਪੈਸੇ ਪਾਏ ਅਤੇ ਫਲੈਪ ਨੂੰ ਸੀਲ ਕਰ ਦਿਓ। ਇਹ ਘੱਟ ਖਰਚੇ ਵਾਲਾ ਅਤੇ ਭਿੱਜਣ ਰਹਿਤ ਸੁੱਟੇ ਹੋਏ ਟੈਟਰਾਪੈਕ ਤੋਂ ਬਣਿਆ ਪਰਸ ਹੈ ਅਤੇ ਬਹੁਤ ਵਧੀਆ ਲੱਗਦਾ ਹੈ।